ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ ਨਿਊਜ਼ ਟਾਈਮ ਪੰਜਾਬ 'ਤੇ ਸਾਡਾ ਖਾਸ ਪ੍ਰੋਗਰਾਮ ਆਸਥਾ ਸ਼ਰਧਾ ਤੋਂ ਸ਼ਕਤੀ ਤੱਕ। ਮੈਂ ਸੰਜੀਵ ਸ਼ਰਮਾ ਅਤੇ ਮੇਰੇ ਨਾਲ ਜਸ ਤੁਨਾ। ਅੱਜ ਗੱਲ ਕਰਾਂਗੇ ਗੁਰੂ ਦੀ, ਕਿ ਜ਼ਿੰਦਗੀ ਵਿੱਚ ਅਸਲੀ ਗੁਰੂ ਕੌਣ ਹੁੰਦਾ ਹੈ, ਕਿ ਕੱਪੜਿਆਂ ਦਾ ਰੰਗ ਬਦਲ ਲੈਣ ਨਾਲ ਜਾਂ ਪੁਰਾਣੀਆਂ ਕਥਾਵਾਂ ਸੁਣਾਉਣ ਦੇ ਨਾਲ ਕੋਈ ਇਨਸਾਨ ਗੁਰੂ ਬਣ ਸਕਦਾ ਹੈ, ਕਿ ਥੋੜ੍ਹਾ ਜਿਹਾ ਭਗਤੀ ਸੰਗੀਤ ਸੁਣਾਉਣ ਦੇ ਨਾਲ ਕੋਈ ਇਨਸਾਨ ਗੁਰੂ ਬਣ ਸਕਦਾ ਹੈ, ਕਿ ਮੰਦਰ ਵਿੱਚ ਜਾ ਕੇ ਕਥਾ ਕਰਨ ਦੇ ਨਾਲ ਕੋਈ ਇਨਸਾਨ ਤੁਹਾਡਾ ਗੁਰੂ ਬਣ ਸਕਦਾ ਹੈ। ਅੱਜ ਗੱਲ ਕਰਾਂਗੇ ਕਿ ਅਸਲੀ ਗੁਰੂ ਕੌਣ ਹੁੰਦਾ ਹੈ। ਗੁਰੂ ਉਹ ਹੁੰਦਾ ਹੈ ਜੋ ਤੁਹਾਨੂੰ ਆਪਣੇ ਗੁਣ ਦੱਸੇ ਅਤੇ ਦੇਵੇ ਅਤੇ ਉਸ 'ਤੇ ਅਮਲ ਕਰਨ ਬਾਰੇ ਦੱਸੇ। ਸਭ ਤੋਂ ਪਹਿਲਾਂ ਤੁਹਾਡਾ ਗੁਰੂ ਤੁਹਾਡਾ ਪੂਰਾ ਮਾਰਗਦਰਸ਼ਨ ਕਰੇ, ਸਮੇਂ ਸਮੇਂ 'ਤੇ ਸਹੀ ਗਲਤ ਦਾ ਤੁਹਾਡਾ ਮਾਰਗਦਰਸ਼ਨ ਕਰੇ ਅਤੇ ਤੁਹਾਨੂੰ ਦੱਸੇ ਕਿ ਕਿਸ ਤਰ੍ਹਾਂ ਨਾਲ ਤੁਹਾਡਾ ਆਤਮ ਵਿਕਾਸ ਹੋਵੇਗਾ, ਤੁਸੀਂ ਕਿਸ ਤਰ੍ਹਾਂ ਨਾਲ ਆਤਮ ਚਿੰਤਨ ਕਰਕੇ ਇੱਕ ਵਧੀਆ ਇਨਸਾਨ ਬਣ ਸਕਦੇ ਹੋ। ਉਹੀ ਵਿਅਕਤੀ ਸਹੀ ਗੁਰੂ ਹੁੰਦਾ ਹੈ ਜੋ ਤੁਹਾਡਾ ਚੰਗੀ ਤਰ੍ਹਾਂ ਨਾਲ ਮਾਰਗਦਰਸ਼ਨ ਕਰੇ ਅਤੇ ਤੁਹਾਨੂੰ ਦੱਸੇ ਕਿ ਤੁਹਾਡੇ ਵਿੱਚ ਕੀ ਬੁਰਾਈਆਂ ਨੇ ਅਤੇ ਉਸ ਬੁਰਾਈ ਨੂੰ ਤੁਸੀਂ ਕਿਵੇਂ ਸਹੀ ਕਰ ਸਕਦੇ ਹੋ। ਅਸਲੀ ਗੁਰੂ ਉਹ ਹੁੰਦਾ ਹੈ ਜੋ ਸੁੱਖ ਦੁੱਖ ਵਿੱਚ ਤੁਹਾਡਾ ਸਹਿਯੋਗੀ ਬਣੇ ਅਤੇ ਹਰ ਮੁਸ਼ਕਿਲ ਵਿੱਚ ਨਿਕਲਣ ਦਾ ਉਪਾਅ ਦੱਸੇ। ਅਸਲੀ ਗੁਰੂ ਉਹ ਹੁੰਦਾ ਹੈ ਜੋ ਤੁਹਾਨੂੰ ਜ਼ਰੂਰਤ ਵੇਲੇ ਗੁਰੂ ਮੰਤਰ ਦੇਵੇ ਅਤੇ ਦੱਸੇ ਕਿ ਉਸਦੇ ਕੀ ਹੱਲ ਹਨ ਅਤੇ ਕਿਵੇਂ ਤੁਸੀਂ ਉਸ ਗੁਰੂ ਮੰਤਰ ਨੂੰ ਸਿੱਧ ਕਰਕੇ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦੇ ਹੋ। ਆਪਣੇ ਗੁਰੂ ਦਾ ਪਿਆਰ ਅਤੇ ਆਸ਼ੀਰਵਾਦ ਹਮੇਸ਼ਾ ਲੈਣਾ ਚਾਹੀਦਾ ਹੈ ਅਤੇ ਉਹਨਾਂ ਦੇ ਦੱਸੇ ਮਾਰਗਦਰਸ਼ਨ 'ਤੇ ਹੀ ਚੱਲਣਾ ਚਾਹੀਦਾ ਹੈ। ਹਰ ਇੱਕ ਵਿਅਕਤੀ ਨੂੰ ਇੱਕ ਗੁਰੂ ਧਾਰਨ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਸਹੀ ਗਲਤ ਬਾਰੇ ਪਤਾ ਕਰ ਸਕੀਏ ਅਤੇ ਉਹ ਗੁਰੂ ਸਾਨੂੰ ਦੱਸ ਸਕੇ ਕਿ ਅਸੀਂ ਕਿੱਥੇ ਗਲਤ ਹਾਂ ਅਤੇ ਕਿੱਥੇ ਸਹੀ। ਕਹਿੰਦੇ ਨੇ ਗੁਰੂ ਬਿਨਾਂ ਗਤੀ ਨਹੀਂ, ਇਸ ਕਰਕੇ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਅਸਲੀ ਗੁਰੂ ਵਿੱਚ ਕੀ ਗੁਣ ਹੋਣੇ ਚਾਹੀਦੇ ਨੇ ਉਹ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। ਇੱਕ ਨਵੇਂ ਵਿਸ਼ੇ ਦੇ ਨਾਲ ਮਿਲਾਂਗੇ ਅਗਲੇ ਹਫ਼ਤੇ। ਤਦ ਤੱਕ ਮੈਨੂੰ ਸੰਜੀਵ ਸ਼ਰਮਾ ਅਤੇ ਜਸ ਤੁਨਾ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।